ਦੋਸਤੋ ਪੰਜਾਬ ਦੀ ਨਵੀਂ ਨਵੀਂ ਜੌਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਰੈੱਡ ਕ੍ਰਾਸ ਫਰੀਦਕੋਟ ਵੱਲੋਂ ਆਈ ਜੌਬ ਰਿਕਰੂਟਮੈਂਟ ਦੀ। ਤਾਂ ਇੱਥੇ ਆਪਾਂ ਦੇਖ ਸਕਦੇ ਹਾਂ ਜਿਹੜੀ ਇਹ ਜੌਬ ਰਿਕਰੂਟਮੈਂਟ ਹੈ, ਸਭ ਤੋਂ ਪਹਿਲਾਂ ਰੈੱਡ ਕ੍ਰਾਸ ਮੈਡੀਕਲ ਸਟੋਰ GGS ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਦੀ ਇਹ ਜੌਬ ਰਿਕਰੂਟਮੈਂਟ ਹੈ, ਜਿਸ ਵਿੱਚ ਮੈਨੇਜਰ ਕਮ ਫਾਰਮੈਸਟ ਦੀ ਇੱਕ ਪੋਸਟ ਹੈ, ਫਾਰਮਿਸਟ ਦੀ ਦੋ ਪੋਸਟਾਂ ਨੇ, ਸੇਲਸਮੈਨ ਦੀ ਟੋਟਲ 8 ਪੋਸਟਾਂ ਨੇ ਅਤੇ ਕੰਪਿਊਟਰ ਆਪਰੇਟਰ ਦੀ ਇੱਕ ਪੋਸਟ ਹੈ। ਇਸ ਤੋਂ ਬਾਅਦ ਆਪਾਂ ਨੈਕਸਟ ਗੱਲ ਕਰੀਏ ਰੈੱਡ ਕ੍ਰੋਸ ਮੈਡੀਕਲ ਸਟੋਰ ਸਿਵਲ ਹਸਪਤਾਲ ਫਰੀਦਕੋਟ ਦੇ ਵਿੱਚ ਵੀ ਵੈਕੈਂਸੀਜ ਅਵੇਲੇਬਲ ਨੇ, ਅਤੇ ਜਿਸ ਵਿੱਚ ਫਾਰਮੇਸੀ ਦੀ ਇੱਕ ਪੋਸਟ ਹੈ ਅਤੇ ਸੇਲਜ਼ਮੈਨ ਦੀ ਦੋ ਪੋਸਟਾਂ ਨੇ। ਇਸ ਤੋਂ ਇਲਾਵਾ ਤੀਜੀ ਜਗ੍ਹਾ ਦੀ ਗੱਲ ਕਰੀਏ ਜਨ ਔਸ਼ੋਧੀ ਜਨਰਿਕ ਡਰੱਗ ਸਟੋਰ ਸਿਵਲ ਹਸਪਤਾਲ ਫਰੀਦਕੋਟ ਦੀਆਂ ਵੀ ਵੈਕੈਂਸੀਜ ਅਵੇਲੇਬਲ ਨੇ, ਜਿਸ ਵਿੱਚ ਫਾਰਮੇਸਟ ਦੀ ਦੋ ਪੋਸਟਾਂ ਨੇ, ਕੰਪਿਊਟਰ ਆਪਰੇਟਰ ਦੀ ਇੱਕ ਪੋਸਟਾਂ ਨੇ। ਇਸ ਤੋਂ ਇਲਾਵਾ ਨੈਕਸਟ ਜਿਹੜੀ ਹੈਗੀ ਹੈ ਸਿਵਲ ਹਸਪਤਾਲ ਕੋਟਕਪੂਰਾ ਦੀ ਇਹ ਪੋਸਟਾਂ ਨੇ, ਅਤੇ ਜਿਸ ਵਿੱਚ ਫਾਰਮੇਸੀ ਦੀ ਇੱਕ ਪੋਸਟ ਹੈ, ਸੇਲਸਮੈਨ ਦੀ ਦੋ ਪੋਸਟਾਂ ਨੇ ਅਤੇ ਕੰਪਿਊਟਰ ਆਪਰੇਟਰ ਦੀ ਦੋ ਪੋਸਟਾਂ ਨੇ। ਅਤੇ ਨੀਚੇ ਆਪਾਂ ਯੋਗਤਾ ਦੇਖ ਸਕਦੇ ਹਾਂ ਵੀ ਕਿਹੜੀ ਪੋਸਟ ਵਾਸਤੇ ਕਿਹੜੀ ਇਲੀਜੀਬਿਲਟੀ ਦੀ ਡਿਮਾਂਡ ਕੀਤੀ ਗਈ ਹੈ। ਇੱਥੇ ਡੀ ਫਾਰਮੇਸੀ ਘੱਟੋ ਘੱਟ 2 ਸਾਲ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ, ਅਤੇ ਬੀ ਫਾਰਮੇਸੀ ਵਾਲੇ ਜਿਹੜੇ ਉਹ 2 ਅੰਕ ਅਤੇ ਐਮ ਫਾਰਮੇਸੀ ਵਾਲੇ ਨੂੰ 3 ਅੰਕ ਵੱਧ ਦਿੱਤੇ ਜਾਣਗੇ ਜੇ 5 ਸਾਲਾਂ ਦਾ ਐਕਸਪੀਰੀਅੰਸ ਹੈ। ਉਹ ਦੱਸੋ ਇਸ ਤੋਂ ਬਾਅਦ ਫਾਰਮੇਸਟ ਦੀ ਗੱਲ ਕਰੀਏ, 6 ਪੋਸਟਾਂ ਨੇ ਟੋਟਲ, ਅਤੇ ਇਸ ਵਿੱਚ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਡੀ ਫਾਰਮੇਸੀ ਵਿੱਚ। ਇਸ ਤੋਂ ਇਲਾਵਾ ਸੇਲਸਮੈਨ ਹੈ, ਜਿਹੜਾ ਸੇਲਸਮੈਨ ਹੈ ਉਹਨਾਂ ਦੀ 12 ਪੋਸਟਾਂ ਨੇ, ਅਤੇ ਇਸ ਵਾਸਤੇ ਡੀ ਫਾਰਮੇਸੀ ਜਾਂ BSc ਨਰਸਿੰਗ ਪਾਸ ਹੋਣਾ ਚਾਹੀਦਾ ਕੈਂਡੀਡੇਟ। ਅਤੇ ਇਸ ਤੋਂ ਇਲਾਵਾ ਕੰਪਿਊਟਰ ਆਪਰੇਟਰ ਹੈ, ਉਸ ਵਾਸਤੇ ਕਿ 12th ਪਾਸ ਦੀ ਡਿਮਾਂਡ ਕੀਤੀ ਗਈ ਹੈ, ਅਤੇ 1 ਸਾਲ ਦਾ ਕੰਪਿਊਟਰ ਕੋਈ ਵੀ ਕੋਰਸ ਉਸਦੇ ਕੋਲ ਹੋਣਾ ਚਾਹੀਦਾ। ਅਤੇ ਇਸ ਤੋਂ ਬਾਅਦ ਅਕਾਊਂਟੈਂਟ ਕਮ ਸੁਪਰਵਾਈਜ਼ਰ ਦੀ ਗੱਲ ਕਰੀਏ, BCOM ਪਾਸ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ। ਇਹ ਪੋਸਟ ਆਫਲਾਈਨ ਅਪਲਾਈ ਕਰਨੀ ਪਵੇਗੀ, ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ। ਅਰਜ਼ੀ ਪ੍ਰਾਪਤ ਕਰਨ ਲਈ ਆਖਰੀ ਮਿਤੀ ਹੈ ਜਿਹੜੀ 2/6/2022 ਤੱਕ ਆਪਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਾਂ। ਅਤੇ ਇਹ ਫੋਰਮ ਕਿੱਥੇ ਫਿਲ ਕਰਨਾ ਆਪਾਂ, ਇਹ ਦਫ਼ਤਰ ਸੁਸਾਇਟੀ ਰੈੱਡ ਕ੍ਰੋਸ ਭਵਨ ਸਦੀਕ ਚੌਂਕ ਫਰੀਦਕੋਟ ਵਿੱਚ ਜਮ੍ਹਾਂ ਕਰਵਾਏ ਜਾਣੇ ਚਾਹੀਦੇ ਆ, ਜਾਂ ਤੁਸੀਂ ਪੋਸਟ ਦੇ ਥਰੂ ਵੀ, ਮਤਲਬ ਡਾਕਖਾਨੇ ਦੇ ਥਰੂ ਵੀ ਆਪਣੇ ਐਪਲੀਕੇਸ਼ਨ ਆ ਜਿਹੜੀ ਇੱਥੇ ਭੇਜ ਸਕਦੇ ਹੋ। ਅਤੇ ਆਖਰੀ ਮਿਤੀ ਤੋਂ ਬਾਅਦ ਦਫ਼ਤਰ ਵਿੱਚ ਕੋਈ ਵੀ ਜੇ ਫੋਰਮ ਆਉਂਦਾ ਹੈ ਤਾਂ ਉਹ ਮਨਜ਼ੂਰ ਨਹੀਂ ਕੀਤਾ ਜਾਵੇਗਾ। ਅਤੇ ਜੇ ਗੱਲ ਅਪਲਾਈ ਕਿਵੇਂ ਕਰਨੀ ਹੈ, ਇੱਕ ਵਾਈਟ ਪੇਪਰ ਲੈਣਾ ਜਿਸ 'ਤੇ ਆਪਣੀ ਪੂਰੀ ਡਿਟੇਲ ਤੁਸੀਂ ਲਿਖ ਦੇਣੀ ਹੈ, ਐਂਡ ਜਿਹੜੇ ਜਿਹੜੇ ਡਾਕੂਮੈਂਟ ਦੀ ਡਿਮਾਂਡ ਇਹਨਾਂ ਨੇ ਕੀਤੀ ਹੋਈ ਹੈ ਉਹ ਡਾਕੂਮੈਂਟ ਦੀ ਫੋਟੋ ਕਾਪੀ ਹੈ ਜਿਹੜੀ ਇਸ ਦੇ ਨਾਲ ਅਟੈਚ ਕਰਨੀ ਹੈ। ਅਤੇ ਇਹਨਾਂ ਦੇ ਦਿੱਤੇ ਹੋਏ ਪਦੇ ਉੱਪਰ ਇੱਥੇ ਇਹਨਾਂ ਨੇ ਜਿਹੜਾ ਇਹ ਪਤਾ ਦਿੱਤਾ, ਸੁਸਾਇਟੀ ਰੈੱਡ ਕ੍ਰੋਸ ਭਵਨ ਸਦੀਕ ਚੌਂਕ ਫਰੀਦਕੋਟ ਦੇ ਪਤੇ ਉੱਪਰ ਆਪਾਂ ਜਾ ਕੇ ਡਾਕਖਾਨੇ ਦੁਆਰਾ ਸੈਂਡ ਕਰ ਦੇਣੇ। ਕਿਉਂਕਿ ਦੋਸਤੋ ਜੇ ਇਸ ਦੇ ਰਿਗਾਰਡਿੰਗ ਕੋਈ ਹੋਰ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ, ਜਾਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ।